ਜਲਸਾ ਭੁਣ ਅੱਗੇ ਕੀ ਕਿਉਂਕਿ ਤੁਸੀਂ ਸੀਐਮ ਸਾਹਿਬ ਨਾਲ ਵੀ ਮੀਟਿੰਗ ਕਰ ਰਹੇ ਹੋ ਰਾਜਾ ਵੜਿੰਘੂਰਾ ਨਾਲ ਵੀ ਗੱਲਬਾਤ ਤੁਹਾਡੀ ਹੋ ਗਈ ਹੈ ਪਰ ਹਾਲੇ ਤੱਕ ਸੁਣਵਾਈ ਨਹੀਂ ਹੋਈ ਹੁਣ ਫਿਰ ਕੀ ਕਰੋਗੇ ਹੁਣ ਇਸ ਤਰ੍ਹਾਂ ਤੇ ਕੋਈ ਜਾਬਤਾ ਲੱਗਣ ਲੱਗਾ ਹੈ ਸਰਕਾਰ ਤਾਂ ਕਹਿੰਦਾ ਕੋਈ ਜਾਬਤਾ ਲੱਗਿਆ ਜੀ ਆਪਣੇ ਹੱਥ ਖੜੇ ਹੋਣ ਪਤਾ ਗੱਲ ਕੀ ਆ ਇਹ ਚੂਣ ਜਾਬਤਾ ਉਹਨਾਂ ਲਈ ਆ ਜਿਨ੍ਹਾਂ ਦੇ ਕੋਈ ਹਾਥੀ ਆਪਦਾ ਕੰਮ ਨਹੀਂ ਕਰ ਸਾਡੇ ਖੁਦ ਟਰੱਕ ਹਾਈ ਕੋਰਟ ਦਾ ਆਰਡਰ ਸਾਡੇ ਕੋਲ ਆ ਇੱਕ ਜੁਨੀਅਨ ਤੋਂ ਦੂਜੀ ਜੁਨੀਅਨ ਦੇ ਵਿੱਚ ਆਪਾਂ ਮਾਲ ਦੂਜੇ ਸ਼ਹਿਰ ਤੋਂ ਦੂਜੀ ਜੁਨੀਅਨ ਛਡੋ ਤੁਸੀਂ ਦੂਜੇ ਸ਼ਹਿਰ ਦੀ ਗੱਡੀ ਦੂਜੇ ਸ਼ਹਿਰ ਚੋਂ ਮਾਲ ਨਹੀਂ ਚੁੱਕ ਸਕਦੀ ਜੀ ਉੱਥੇ ਗੱਡੀ ਹੋਵੇ ਤੇ ਹੁਣ ਜੇ ਟੈਂਡਰ ਹੋ ਵੀ ਜਾਂਦੇ ਆ ਇਹਨਾਂ ਨੇ ਅੱਗੇ ਤੁਹਾਨੂੰ ਦੱਸਿਆ ਵਾ ਪ੍ਰਧਾਨ ਸਾਹਿਬ ਨੇ ਚੱਕਰ ਏ ਆ ਵੀ ਦੋ ਸਾਲਾਂ ਦਾ ਨਾ ਤਜਰਬਾ ਮੰਗ ਲਿਆ ਪਹਿਲੇ ਦੋ ਸਾਲਾਂ ਦਾ ਜਿਹੜੇ ਕੋਲ ਤਜਰਬਾ ਤੇ ਦੋ ਸਾਲਾਂ ਦਾ ਤਜਰਬਾ ਤੇ ਇਹਨਾਂ ਦੇ ਚ ਕਰਤਾ ਤਰਤਾ ਕੋਈ ਆ ਨਵਾਂ ਬੰਦਾ ਤੇ ਪਾ ਹੀ ਨਹੀਂ ਸਕਦਾ ਨਾ ਗੱਡੀ ਵਾਲਾ ਪਾ ਸਕਦਾ ਉਹਦੇ ਵਾਸਤੇ ਮੈਂ ਹਾਈ ਕੋਰਟ ਦੇ ਵਿੱਚ ਰਿਟ ਪਾਤੀ ਆ ਵੀ ਟੈਂਡਰ ਜਿਹੜੇ ਆ ਜਾਲੀ ਆਰਸੀਆਂ ਸਾਡੀ ਕੋਈ ਆਰਸੀ ਨਹੀਂ ਪੰਜਾਬ ਨੇ ਦਿੱਤੀ ਇਹ ਪੰਜਾਬ ਇਕੱਠਾ ਨਹੀਂ ਪਹਿਲਾਂ ਹੀ ਨਿਕ ਨਿਕੇ ਜੂਨੀਅਰ ਸ਼ਹਿਰ ਸ਼ਹਿਰ ਚ ਵੰਡੇ ਹਾਂ ਹੁਣ ਸਾਰਾ ਪੰਜਾਬ ਅਸੀਂ ਇਕੱਠਾ ਹਰਿਆਣਾ ਸਾਡੇ ਨਾਲ ਆ ਭਾਵੇਂ ਕਾਂਗਰਸ ਦਾ ਪ੍ਰਧਾਨ ਵੀ ਆ ਦਿੱਲੀ ਦਾ ਉਹ ਵੀ ਸਾਡੇ ਕੋਲ ਚੱਲ ਕੇ ਆਇਆ ਉਹਨੇ ਵੀ ਸਵਾਸਣ ਦਿੱਤਾ ਜੇ ਇਹ ਟੈਂਡਰ ਕਰ ਦਿੰਦੇ ਆ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਪਾਤਾ ਵਾ ਹੋ ਗਿਆ ਰਜਿਸਟਰ ਜੇ ਹੋ ਵੀ ਜਾਂਦੇ ਆ ਅਸੀਂ ਪੰਜਾਬ ਦਾ ਕੋਈ ਵੀ ਗੱਡੀ ਨਹੀਂ ਲਾਵਾਂਗੇ ਟੈਂਡਰ ਕਰਨ ਨੂੰ ਤੁਹਾਡੇ ਮੀਲੇ ਰਹਿੰਦੇ ਦੱਸਣਾ ਚਾਹੁੰਦੇ ਆ ਕਿ ਹੁਣੇ ਪੰਜਾਬ ਸਾਰਾ ਇਕੱਠੇ ਆ ਉਹ ਤੋਂ ਬਾਅਦ ਤੁਸੀਂਾਂ ਤੇ ਜੇ ਨਾ ਵੀ ਸਵੱਲਾ ਪੈਂਦਾ ਜਿਤਨਾ Jio ਦੀ SIM ਇਹਨਾਂ ਨੇ ਪਹਿਲਾਂ ਫ੍ਰੀ ਕੀਤੀ ਸੀ ਤੇ ਬਾਦ ਉਹਦਾ ਕਿਨਾਰੇ ਰੇਟ ਕੀਤਾ ਸਾਡੀਆਂ ਜਿਹੜੀਆਂ ਜੂਨੀਅਰਾਂ ਦੀਆਂ ਗੱਡੀਆਂ ਉਹ ਥੋੜੇ ਮੁੱਲ ਆ ਲਈਆਂ ਛੋਟੀਆਂ ਉਹ ਸ਼ਹਿਰ ਦਾ ਥੋੜਾ ਥੋੜਾ ਮਾਲ ਚੁੱਕ ਕੇ ਥੋੜੇ ਪਾੜੇ ਦੇ ਪਚਾ ਦੇ ਦਿੰਦਿਆਂ ਜੇ ਇਹਨਾਂ ਨੇ ਇਹਨਾਂ ਨੂੰ ਫੇਲ ਕਰਕੇ ਵੱਡੇ ਕਾਰੋਬਾਰੀ ਲਿਆਂਦੇ ਉਹ ਸ਼ਹਿਰਾਂ ਦਾ ਮਾਲ ਨਹੀਂ ਚੁੱਕਣਗੇ ਉਹ ਚੁੱਕਣਗੇ ਤੇ ਆਪਣੀ ਮਨਮਰਜ਼ੀ ਨਾਲ ਚੁੱਕੇ ਵੱਡੇ ਮੌਲਾਂ ਦੇ ਵਿੱਚ ਰੇਟ ਲਿਖ ਕੇ ਲੱਗਣਗੇ ਜਿਤਨਾ ਲੱਗਦੇ ਉਹ ਗੱਡੀ ਦੇ ਹੋਣਗੇ ਫੇਰ ਉਹ ਚੁੱਕਣਗੇ ਸਾਡੀਆਂ ਦੇ ਜੂਨੀਅਰਾਂ ਦੀ ਛੋਟੀਆਂ ਗੱਡੀਆਂ ਚੁੱਕਣ ਡੀਆਂ ਉਸ ਤੋਂ ਬਾਦਾਂ ਗੱਲ ਆ ਗਈ ਚੋਣ ਜਾਬਤਾ ਲੱਗ ਜਾਂਦਾ ਅਹੀਂ ਪਿੰਡਾਂ 'ਚ ਜਾਵਾਂਗੇ 20 ਲੱਖ ਵੋ ਟਰਾਂਸਪੋਰਟਰਾਂ ਦੀ ਪੰਜਾਬ ਦੇ ਵਿੱਚ 14 ਲੱਖ ਤੋਂ ਉੱਪਰ ਪੰਜਾਬ ਦੇ 14 ਲੱਖ ਤੋਂ ਟਰੱਕਾਂ ਵਾਲੀ ਆ ਛੋਟੇ ਗੱਡੀਆਂ ਵਾਲੇ ਪਾ ਕੇ 20 ਲੱਖ ਆ ਤੇ 14 ਕਰੋੜ ਦੇ ਹੀਰ-ਵੀਰ ਸਾਰੀ ਹਿੰਦੁਸਤਾਨ ਦੇ ਵਿੱਚ ਆ ਜੇ ਤੇ ਇਹ ਸਾਡਾ ਕੋਈ ਮਹਲਾ ਹਾਲ ਕਰ ਦਿੰਦੇ ਠੀਕ ਆ ਨਹੀਂ ਤੇ ਅਸੀਂ ਗੱਡੀ ਵਾਲੇ ਸਾਡੇ ਡਰਾਈਵਰ ਗਾੜੀ ਉਹਨਾਂ ਦੇ ਰਿਸ਼ਤੇਦਾਰ ਸਾਰਿਆਂ ਦੇ ਬੂਹੇ ਦੇ ਗਾੜੀ ਤਖਤੀ ਲਾ ਦਾਂਗੇ ਵੀ ਸਾਡਾ ਇਹਨਾਂ ਨੇ ਕਾਰੋਬਾਰ ਠੱਪ ਕੀਤਾ ਇਹ ਸਰਕਾਰ ਨੇ ਜੇ ਤੇ ਸਰਕਾਰ ਬੰਨੋ ਪਹਿਲਾ ਐਲਾਨ ਕਰਦੇ ਤੇ ਪਿਛਲੀ ਸਾਲ ਦੀ ਸਰਕਾਰ ਨਹੀਂ ਬਣਦੀ ਠੀਕ ਹੈ ਪਰ ਇਹਨਾਂ ਐਲਾਨ ਜੁਨੀਅਮ ਦਾ ਬਧਾ ਕੀਤਾ ਹੁਣ ਇਹਨਾਂ ਨੇ ਭੰਗ ਦੇ ਦਿੱਤੀਆਂ ਕਰ ਤੇ ਜੇ ਇਹ ਨਾ ਬਾਲ ਨਾ ਕੀਤੀਆਂ ਤੇ ਹੁਣ ਕੋਈ 10 ਵੀ 50000 ਵੋਟ ਨਾ ਨਹੀਂ ਜਿੰਨਾ ਪਾਰਟੀਆਂ ਬਹੁਤ ਆ 500000 ਵੋਟ ਦਾ ਹੀ ਫਰਕ ਪੈਣਾ ਸਾਡੀ ਹਰ ਇੱਕ ਸ਼ਹਿਰ ਚ ਵੋਟ ਹੈਗੀ ਆ ਤੇ ਟ੍ਰਾਂਸਪੋਰਟਰ ਅਸੀਂ ਜਿੰਨੇ ਆ ਸਾਰਿਆਂ ਨੇ ਉਦਨ ਉਥੇ ਚੰਨੀ ਦੇ ਖਿਲਾਫ ਭੁਗਤੋਗੇ ਖਿਲਾਫ ਭੁਗਤੋਗੇ